ਕਰਨ ਔਜਲੇ ਦਾ ਇੱਕ ਸ਼ੂਟ ਦੇ ਦੌਰਾਨ ਐਕਸੀਡੈਂਟ ਹੋ ਜਾਂਦਾ। ਐਕਸੀਡੈਂਟ ਦੱਸਿਆ ਜਾ ਰਿਹਾ ਕਿ ਕਰਨ ਔਜਲੇ ਦੇ ਇੱਕ ਆਉਣ ਵਾਲੇ ਨਵੇਂ ਸੌਂਗ ਦਾ ਸ਼ੂਟ ਚੱਲ ਰਿਹਾ ਸੀ, ਜਿਸਦੇ ਵਿੱਚ ਉਹ ਕਾਰ ਚਲਾ ਰਿਹਾ ਸੀ ਅਤੇ ਕਾਰ ਦੋ ਤਿੰਨ ਪਲਟੀਆਂ ਖਾ ਲੈਂਦੀ ਆ। ਤੁਸੀਂ ਦੇਖ ਸਕਦੇ ਹੋ ਸਪੋਰਟਸ ਕਾਰ ਹੈ ਜਿਸਦੇ ਵਿੱਚ ਕਰਨ ਔਜਲਾ ਦੋ ਤਿੰਨ ਪਲਟੀਆਂ ਖਾ ਕੇ ਡਿੱਗ ਜਾਂਦਾ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸਦੇ ਵਿੱਚ ਕਰਨ ਔਜਲੇ ਦਾ ਐਕਸੀਡੈਂਟ ਦੱਸਿਆ ਜਾ ਰਿਹਾ ਕਿ ਸ਼ੂਟ ਦੌਰਾਨ ਕਰਨ ਔਜਲੇ ਦੇ ਵੱਜੀ ਸੱਟ। ਪਰ ਕਰਨ ਔਜਲਾ ਬਿਲਕੁਲ ਠੀਕ ਠਾਕ ਆ, ਤੁਹਾਨੂੰ ਦੱਸ ਦਈਏ। ਛੋਟਾ ਜਿਹਾ ਐਕਸੀਡੈਂਟ ਹੋਇਆ ਜਿਸਦੇ ਵਿੱਚ ਕਰਨ ਔਜਲੇ ਨੂੰ ਕੋਈ ਵੀ ਖਰੋਜ ਨਹੀਂ ਆਈ। ਗੱਡੀ ਸਲਿੱਪ ਹੋਣ ਦੇ ਕਾਰਨ ਤਿੰਨ ਚਾਰ ਚੱਕਰ ਖਾ ਗਈ ਤਾਂ ਡਿੱਗ ਗਈ, ਤਾਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਤਾਂ ਕਰਨ ਔਜਲੇ ਦੇ ਫੈਨਸ ਲਈ ਵੱਡੀ ਅਪਡੇਟ ਹੈ ਕਿ ਕਰਨ ਔਜਲਾ ਬਿਲਕੁਲ ਠੀਕ ਠਾਕ ਹੈ, ਕਰਨ ਔਜਲੇ ਨੂੰ ਕੋਈ ਵੀ ਖਰੋਚ ਨਹੀਂ ਆਈ, ਕਰਨ ਔਜਲਾ ਬਿਲਕੁਲ ਠੀਕ ਠਾਕ ਹੈ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਕਰ ਦਿਓ, ਪੇਜ 'ਤੇ ਪਹਿਲੀ ਵਾਰ ਪੇਜ ਨੂੰ ਫੋਲੋ ਕਰ ਦਿਓ ਜੀ। ਸਤਿ ਸ਼੍ਰੀ ਅਕਾਲ ਜੀ, ਰੱਬ ਰੱਖਾ।